ਜੇ ਸਰਕਾਰ ਦੇ ਡਿਪਾਰਟਮੈਂਟ ਵਿੱਚ ਆਏ ਤਾਂ ਡਿਪਾਰਟਮੈਂਟ ਦੇ ਰੂਲ ਜਿਹੜੇ ਹੈਗੇ ਉਹ ਰੂਲ ਸਭ ਤੋਂ ਉੱਤੇ ਹੋਣਾ ਚਾਹੀਦਾ। ਰੂਲਾਂ ਦੇ ਮੁਤਾਬਿਕ ਇਹਨਾਂ ਨੇ ਆਉਣਾ ਸੀ। ਰੂਲ ਪ੍ਰੋਵਾਈਡਸ ਕਿ ਬਈ 3 ਸਾਲ ਦੇ ਲਈ ਤੁਸੀਂ 10-300 ਦੇ ਹਿਸਾਬ ਨਾਲ ਤੁਸੀਂ ਕਰਨਾ, ਪਰ ਉੱਥੇ ਵੀ ਕੈਬਨਿਟ ਨੇ ਅਪਰੂਵ ਕਰ ਦਿੱਤਾ। ਮਾਨਯੋਗ ਮੰਤਰੀ ਜੀ ਨੇ ਉੱਥੇ ਰਿਕੁਐਸਟ ਵੀ ਕੀਤੀ ਕਿ ਇਹਨਾਂ ਨੂੰ 5000 ਗ੍ਰੇਡ ਪੇ ਇਹਨਾਂ ਨੂੰ ਹੋਰ ਦੇ ਦਿੱਤੀ ਜਾਏ, ਉਹ ਗ੍ਰੇਡ ਪੇ ਇਹਨਾਂ ਨੂੰ ਦੇ ਦਿੱਤੀ ਹੁਣ। ਹੁਣ ਇਹਨਾਂ ਨੂੰ 15-300 ਮਿਲ ਗਿਆ, ਜੋ ਕਿ ਕਿਸੇ ਕੈਟੇਗਰੀ ਨੂੰ ਹੋਰ ਨੂੰ ਸ਼ਾਇਦ ਨਹੀਂ ਹੈ ਮੇਰੀ ਜਾਣਕਾਰੀ ਮੁਤਾਬਿਕ। ਅਬ ਇਸ ਫਿਰ ਇਹਨਾਂ ਨੂੰ ਜੋ ਸੀਨੀਅਰਟੀ ਜਿਹੜੀ ਦਿੱਤੀ ਹੈ ਉਹ 1 ਅਪ੍ਰੈਲ 2018 ਤੋਂ ਦਿੱਤੀ ਹੈ, ਜਿਹਦਾ ਕਿ ਆਲਰੇਡੀ 6 ਮਹੀਨੇ ਉਹਦੇ ਜਾ ਚੁੱਕਿਆ। ਇਤਨਾ ਸਾਰਾ ਸਭ ਕੁਛ ਦੇਣ ਤੋਂ ਬਾਅਦ ਫਿਰ ਆਪਸ਼ਨ ਦਿੱਤਾ ਹੈ, ਇਹ ਸੈਲਰੀ ਜੋ ਰਿਡਿਊਸ ਕਰਨ ਦੀ ਜੋ ਇੱਕ ਗੱਲ ਹੈ ਕਿ ਕੈਂਪੇਨ ਜੋ ਮਿਸ ਕੈਂਪੇਨ ਅਨਫੋਰਚੁਨੇਟਲੀ ਜੋ ਫੈਲਾਇਆ ਜਾ ਰਿਹਾ ਹੈ ਉਹ ਠੀਕ ਨਹੀਂ ਹੈ। ਸੈਲਰੀ ਰਿਡਿਊਸ ਨਹੀਂ ਕੀਤੀ ਜਾ ਰਹੀ, ਜੋ ਲੋਕ ਰੈਗੂਲਰ ਹੋ ਰਹੇ ਹੈ ਉਹ ਇਸ ਸੈਲਰੀ 'ਤੇ ਆ ਰਹੇ, ਉਹਨਾਂ ਦੀ ਜਿਹੜੀ ਸੀਨੀਓਰਟੀ ਹੈ ਡਿਪਾਰਟਮੈਂਟ ਦੇ ਵਿੱਚ ਉਹ ਲਾਗੂ ਹੋ ਰਹੀ ਹੈ, ਉਹ 1-4-2018 ਤੋਂ ਲਾਗੂ ਹੈ। ਉਹਨਾਂ ਦਾ ਨਾਮ ਰਜਿਸਟਰ ਦੇ ਵਿੱਚ 1-4-2018 ਤੋਂ ਹੈ, ਉਸ ਤੋਂ ਪਹਿਲਾਂ ਦਾ ਨਾਮ ਹੈ ਨਹੀਂ। ਉਹਨਾਂ ਦੀ ਸੈਲਰੀ ਉਹਨਾਂ ਦੀ ਰਿਡਿਊਸ ਨਹੀਂ, ਜੋ ਸਰਕਾਰੀ ਰਜਿਸਟਰ ਹੈ ਸਰਕਾਰੀ ਰਜਿਸਟਰ ਦੇ ਵਿੱਚ ਜਦੋਂ ਇਹਨਾਂ ਦਾ ਨਾਮ ਹੈ, ਨਾਮ ਦੇ ਅੱਗੇ ਜੋ ਸੈਲਰੀ ਲਿਖੀ ਜਾ ਰਹੀ ਉਹ ਸੈਲਰੀ ਇਹ ਹੈ। ਰਿਡਿਊਸ ਤਾਂ ਹੁੰਦੀ ਹੈ ਜੇ ਕਿਸੇ ਦੀ ਪਹਿਲਾਂ ਕੋਈ ਸੈਲਰੀ ਹੋਵੇ। ਸੋਸਾਇਟੀਆਂ ਦੇ ਵਿੱਚ ਉਹ ਬਿਲਕੁਲ ਆਰਾਮ ਨਾਲ ਰਹਿਣ, ਕੋਈ ਗੱਲ ਨਹੀਂ ਹੈ। ਸੋਸਾਇਟੀਆਂ ਦੇ ਵਿੱਚ ਸਰਕਾਰ ਦੀ ਕਮਿਟਮੈਂਟ ਜੋ ਹੈ ਉਹ ਇਹ ਹੈ ਕਿ ਠੀਕ ਹੈ ਸੈਲਰੀ ਰਿਡਿਊਸ ਨਹੀਂ ਹੋਗੀ ਸੋਸਾਇਟੀਆਂ ਦੇ ਵਿੱਚ ਜੇ ਤੁਸੀਂ ਰਹਿਣਾ ਹੈ। ਫਿਰ ਇਹਨਾਂ ਦੀ ਰਿਕੁਐਸਟ ਵਿੱਚ ਕੀਤਾ ਹੈ, ਔਰ ਭਾਰਤ ਸਰਕਾਰ ਨੇ ਵੀ ਜੋ ਇਹਨਾਂ ਦੀ ਜੋ ਜਿਵੇਂ ਕਿ ਮੰਤਰੀ ਜੀ ਨੇ ਹੁਣੀ ਦੱਸਿਆ ਹੈ ਕਿ ਉੱਥੇ ਉਹਨਾਂ ਨੇ ਨੋਮ ਫਿਕਸ ਕਰ ਦਿੱਤੇ ਹੈ, ਐਸ ਪੀ ਸਾਰੀ ਸਟੇਟਾਂ ਦੇ ਲਈ ਨੋਮ ਫਿਕਸ ਕੀਤੇ ਹੈ ਟੀਚਰਸ ਦੇ। ਪਹਿਲਾਂ ਉਹ ਪੂਰੀ ਸੈਲਰੀ ਐਗਰੀ ਕਰਦੇ ਸੀ, ਔਰ ਜਦੋਂ ਤੋਂ ਪ੍ਰੋਗਰਾਮ ਚੱਲਿਆ ਉਦੋਂ ਤੋਂ ਭਾਰਤ ਸਰਕਾਰ ਤੋਂ ਹਮੇਸ਼ਾ ਸੈਲਰੀ ਅਪਰੂਵ ਹੁੰਦੀ ਰਹੀ ਹੈ, ਪਰ ਇਹ ਸੈਲਰੀ ਐਤਕੀ ਜੋ ਹੈ ਉਹਨਾਂ ਨੇ ਆਪਣੇ ਆਪ ਜੋ ਹੈ ਸਾਰੀ ਸਟੇਟਾਂ ਦੀ ਕੀਤੀ, ਅਸੀਂ ਇਹ ਨਹੀਂ ਕਹਿੰਦੇ ਪੰਜਾਬ ਦੀ ਕੀਤੀ ਹੈ, ਸਾਰੀ ਸਟੇਟਾਂ ਦੀ ਕੀਤੀ ਹੈ। 15000 ਕਿਸੇ ਕੈਟੇਗਰੀ ਦੀ ਕੀਤੀ ਹੈ, ਕਿਸੇ ਕੈਟੇਗਰੀ ਦੀ 20000 ਵੀ ਕੀਤੀ ਹੈ, ਉਹ ਸਾਰੀ ਡਿਟੇਲਸ ਹੈਗੀਆਂ। ਤਾਂ ਸਰਕਾਰ ਨੇ ਤਾਂ ਫਿਰ ਵੀ ਰਿਡਿਊਸ ਨਹੀਂ ਕੀਤੀ, ਪੰਜਾਬ ਸਰਕਾਰ ਨੇ ਉਸ ਦੇ ਬਾਵਜੂਦ ਵੀ ਇਹਨਾਂ ਦੀ ਸੈਲਰੀ ਰਿਡਿਊਸ ਨਹੀਂ ਕੀਤੀ। ਇਹ ਸੋਸਾਇਟੀਆਂ 'ਚ ਹੈ, ਠੀਕ ਹੈ ਉੱਥੇ ਰਹਿਣ, ਪਰ ਗੱਲ ਇਹ ਹੈ ਕਿ ਇਹਨਾਂ ਨੂੰ ਇੱਕ ਆਪਸ਼ਨ ਦਿੱਤਾ, ਉਹ ਵੀ ਇਹਨਾਂ ਦੀ ਰਿਕੁਐਸਟ ਦਿੱਤਾ, ਤਾਂ ਇਹਦੇ ਵਿੱਚ ਕੋਈ ਕੋਈ ਕਿਸੇ ਦਾ ਨੁਕਸਾਨ ਨਹੀਂ ਹੁੰਦੇ, ਤੇ ਜਿਹੜੇ ਸੋਸਾਇਟੀਆਂ ਦੇ ਥਰੂ ਉਹ ਕੰਮ ਕਰ ਰਹੇ ਨੇ ਤੇ ਸਰਕਾਰ ਉਹਨਾਂ ਸੋਸਾਇਟੀਆਂ ਅੱਗੇ ਕੰਮ ਕਰਨ ਨਹੀਂ ਦੇਗੀ, ਉਹਨਾਂ ਨੂੰ ਐਡਜਸਟ ਕਰਦਾ ਜਾਏਗਾ। ਇਹਨਾਂ ਨੂੰ ਕਰ ਰਹੇ ਨੇ ਉੱਥੇ ਕੰਮ ਕਰਦੇ ਰਹਿਣ, ਉਹ ਆਪਣੀ ਤਨਖਾਹ ਲੈਂਦੇ ਰਹਿਣ, 42000 ਲੈਂਦੇ ਰਹਿਣ, ਅਸੀਂ ਤਾਂ ਉਹਨਾਂ ਦੀ ਘੱਟ ਕੀਤੀ ਨਹੀਂ ਸੈਲਰੀ। ਇਹ ਲੋਕਾਂ ਨੂੰ ਯੂਨੀਅਨ ਜਿਹੜੀਆਂ ਨਾ ਇਹ ਲੋਕਾਂ ਨੂੰ ਗੁੰਮਰਾਹ ਕਰਦੀ ਆ ਸਾਰਿਆਂ ਨੂੰ। ਅਖਬਾਰਾਂ 'ਚ ਵੀ ਸਾਡੀ 1/4 ਸੈਲਰੀ ਘੱਟਦੀ, ਕੋਈ ਸੈਲਰੀ ਨਹੀਂ ਇਹਨਾਂ ਦੀ ਕੱਟੀ ਗਈ, ਕੋਈ ਘੱਟ ਨਹੀਂ ਕੀਤੀ ਗਈ, ਨਾ ਕਟੌਤੀ ਕੀਤੀ ਗਈ ਆ। ਅਸੀਂ ਤੁਹਾਨੂੰ ਪਹਿਲਾਂ ਦੱਸਿਆ, ਸੈਕਟਰੀ ਸਾਹਿਬ ਨੇ ਵੀ ਤੁਹਾਨੂੰ ਸਮਝਾਇਆ ਵੀ 14000 ਟੀਚਰ ਟੋਟਲ ਸੀ ਸੈਲਰੀਆਂ 'ਚ, 6000 ਤੇ ਆ ਰਹੇ ਨੇ, 10300 ਤੇ ਪੱਕੇ ਹੋਣਗੇ ਆਪਣੀ ਮਰਜ਼ੀ ਨਾਲ ਆ ਗਿਆ। ਉਹਨਾਂ ਨੂੰ 15 ਨਹੀਂ ਦਿੱਤਾ ਗਿਆ, ਉਹ ਤਾਂ 10300 ਤੇ ਭਰਤੀ ਹੋ ਗਿਆ ਆਪਣੇ ਆਪ। ਪਿੱਛੇ ਅਸੀਂ ਜਿਹੜਾ 3500 ਟੀਚਰ ਰੱਖਿਆ ਉਹਦੇ 'ਚ 800 ਟੀਚਰ ਸਾਡੇ ਕਹਿਣ ਤੋਂ ਬਗੈਰ ਉਹ ਉੱਥੋਂ ਛੱਡ ਕੇ ਸੈਟੀਆਂ ਨੂੰ 800 ਪਹਿਲਾਂ ਭਰਤੀ ਹੋ ਗਿਆ ਸਾਡੇ ਕੋਲ ਅੱਜ ਤੋਂ 6 ਮਹੀਨੇ ਪਹਿਲਾਂ। ਸੋ ਅਸੀਂ ਉਹਨਾਂ ਨੂੰ ਕੰਪੈਲ ਕੀਤਾ ਸੀ ਵੀ ਤੁਸੀਂ ਉੱਥੋਂ ਛੱਡ ਕੇ ਆਓ, ਇਹਨਾਂ ਤੋਂ 15300 ਤੇ ਕੀਤਾ 6 ਮਹੀਨੇ ਬਾਅਦ, ਉਹ ਤਾਂ ਫਿਰ 10-300 ਦੇ ਆਏ। ਸੋ ਇਸ ਕਰਕੇ ਇਹ ਗੁੰਮਰਾਹ ਕਰ ਰਹੇ ਨੇ। ਅੱਜ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਵੀ ਜਿੱਥੇ ਕਿਸੇ ਨੂੰ ਕੋਈ ਠੇਸ ਪਹੁੰਚੇ, ਯੂਨੀਅਨ ਨੂੰ ਕੋਈ ਠੇਸ ਪਹੁੰਚੇ। ਸੋ ਗੱਲ ਇਹ ਯੂਨੀਅਨ ਜਿਹੜੀਆਂ ਨੇ ਉਹ ਕਿਉਂ ਰੌਲਾ ਪਾਉਂਦੀਆਂ ਨੇ, ਕਿਉਂ ਰੌਲਾ ਪਾਉਂਦੀਆਂ? ਸੋ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਇੱਕ ਮਿੰਟ ਦੱਸ, ਜੇ ਤੁਸੀਂ ਸਿਆਣੇ ਹੋਣਾ, ਜੇ ਤੁਹਾਨੂੰ ਸਿਆਣਿਆਂ ਨੂੰ ਜੇ ਸਮਝ ਨਹੀਂ ਲੱਗਦੀ ਫਿਰ ਤੁਸੀਂ ਕਹੀ ਜਾਂਦੇ ਹੋ ਜੀ ਅੰਮ੍ਰਿਤਸਰ ਰਾਤ ਨੂੰ ਕੀਤੀ, ਰਾਤੀ ਆਇਆ ਜੀ ਜਗਰਾਤਾ ਕਰਨਾ, ਇਹਨਾਂ ਨੂੰ ਪੁੱਛੋ ਉਹਨਾਂ ਦੇ ਟੀਚਰ ਕਿੰਨੇ ਸੀਗੇ, ਮਗਰ ਉਹਨਾਂ ਪ੍ਰੈਸ ਵਾਲੇ ਪੁੱਛਿਆ ਜੀ ਅਜੇ ਕਿਸਾਨ ਜੁੜੀਆਂ ਜਾਂ ਜੋ ਬਜ਼ੁਰਗ ਉੱਥੇ ਇਕੱਠਾ ਕਰਕੇ ਉੱਥੇ ਲਾਏ। ਉੱਥੇ ਗੱਲ ਇਹ ਆ ਵੀ ਇਹਦੇ ਮਗਰ ਪਾਰਟੀਆਂ ਆ ਗਈਆਂ, ਇਹਦੇ ਮਗਰ ਪੋਲੀਟੀਕਲ ਪਾਰਟੀਆਂ ਆ ਗਈਆਂ। ਮੈਂ ਤਾਂ ਤੁਹਾਨੂੰ ਕਹਿ ਰਿਹਾ ਜਿਹੜੇ ਉਹ ਨਾਲ ਉੱਥੇ ਜਾ ਕੇ ਧੰਦੇ, ਤੁਹਾਨੂੰ ਪਤਾ ਕੌਣ ਬੈਠਾ ਉੱਥੇ ਧੰਦੇ 'ਚ ਜਾ ਕੇ? ਕਾਮਰੇਡਾਂ ਦੀ ਯੂਨੀਅਨ ਹੈ, ਕਾਮਰੇਡ ਨਾਲ ਉਹ ਆਪਣੀਆਂ ਦੂਜੀਆਂ ਯੂਨੀਅਨ। ਹੁਣ ਵੇਖੋ ਇਕੱਲੇ ਟੀਚਰ ਨਹੀਂ, ਇਹ ਦੂਜੀਆਂ ਯੂਨੀਅਨ ਨੂੰ ਨਾਲ ਲਾਈ, ਫਿਰ ਤਾਂ ਕਿੰਨੇ ਕੁ ਟੀਚਰ ਕਿੰਨੇ ਕੁ ਇਹਨਾਂ ਲਾਏ ਨੇ ਛੱਡ ਕੇ? ਤੁਸੀਂ ਸਾਡੇ ਸਕੂਲਾਂ 'ਚ ਜਾਓ, ਤੁਸੀਂ ਸਕੂਲਾਂ 'ਚ ਜਾਓ,
ਉੱਥੋਂ ਜਾ ਕੇ ਪਤਾ ਕਰੋ ਵੀ ਸਕੂਲ ਸਾਡੇ ਚੱਲ ਰਹੇ ਕਿ ਨਹੀਂ ਚੱਲ ਰਹੇ ਆਪੇ ਤੁਹਾਨੂੰ ਸਾਰਾ ਕੁਝ ਸਿੱਧਾ ਪਤਾ ਲੱਗ ਜਾਊਗਾ ਨੇ ਅੱਜ ਪ੍ਰਦਰਸ਼ਨ ਕੀਤਾ ਉਹਨਾਂ ਨੇ ਵੀ ਇਹੀ ਐਲੀਗੇਸ਼ਨ ਲਗਾਈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੋ ਹੈ ਉਹਨਾਂ ਨੇ ਗਲਤ ਆਂਕੜੇ ਜੋ ਦਿੱਤੇ ਹੈ ਉਸਕੀ ਵਜ੍ਹਾ ਸੇ ਉਹਨਾਂ ਦਾ ਨਿਲੰਬਨ ਹੋ ਗਿਆ ਇਸ ਤਰ੍ਹਾਂ ਦਾ ਕਿਆ ਗਲਤ ਸੁਣਾਉਂਦੇ ਨੇ ਮੈਂ ਤੁਹਾਨੂੰ ਫਿਰ ਉਹ ਗੱਲ ਕਰੀ ਜਾਂਦਾ ਜੇ ਕੋਈ ਸਸਪੈਂਡ ਹੋਇਆ ਗਲਤ ਦੀ ਉਹਨੇ ਲਿਖ ਕੇ ਸਾਨੂੰ ਭੇਜਿਆ ਅਸੀਂ ਵੇਖ ਲੈਂਦੇ ਹਾਂ ਜਿਹੜੇ ਟੀਚਰ ਸਾਡੇ ਸਕੂਲਾਂ 'ਚ ਨਹੀਂ ਜਿਹੜੇ ਬੱਚਿਆਂ ਦਾ ਨੁਕਸਾਨ ਕਰਦੇ ਨੇ ਜਿਹੜਾ ਵਰਕਿੰਗ ਡੇ ਵਾਲੇ ਦਿਨ ਜਿਹੜਾ ਟੀਚਰ ਬੱਚਿਆਂ ਨੂੰ ਛੱਡ ਕੇ ਉਹ ਧਰਨਿਆਂ 'ਚ ਜਾ ਕੇ ਬੈਠੇ ਕੀ ਗੱਲ ਉਹਦੇ 'ਚ ਅਸੀਂ ਐਕਸ਼ਨ ਨਹੀਂ ਲੈ ਸਕਦੇ ਉਹਦਾ ਐਕਸ਼ਨ ਜ਼ਰੂਰ ਲਾਂਗੇ ਬਾਕੀ ਅਸੀਂ ਨਹੀਂ ਚਾਹੁੰਦੇ ਹਾਂ ਛੁੱਟੀ ਵਾਲੇ ਦਿਨ ਧਰਨਾ ਦੇ ਦੇਣ ਸਕੂਲ ਦੇ ਟਾਈਮ ਤੋਂ ਬਾਅਦ ਧਰਨਾ ਦੇ ਦੇਣ ਡੈਮੋਕਰੇਸੀ ਆ ਹਰ ਇੱਕ ਦਾ ਰਾਈਟ ਬਣਦਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਅਸੀਂ ਤਾਂ ਇਹਨਾਂ ਨੂੰ ਕੋਈ ਸਖਤੀ ਨਹੀਂ ਕੀਤੀ ਲੋਕ ਵੇਖੋ ਲੋਕ ਕਈ ਹੁਣ ਵੇਖੋ ਮੇਰੇ ਘਰ ਆਉਣਾ ਆਲਾ ਦੁਆਲਾ ਲੋਕ ਰਹਿੰਦੇ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਦੇ ਬੱਚੇ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ ਲੇਕਿਨ ਇੱਕ ਵੀਡੀਓ ਆਈ ਸੀ ਐਜੂਕੇਸ਼ਨ ਬੋਰਡ ਦੇ ਵਿੱਚ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਕਿ ਅਧਿਕਾਰੀ ਜਿਹੜੇ ਸੀ ਉਹ ਡਾਂਸ ਪਾਰਟੀ ਕਰ ਰਹੇ ਸੀ ਉੱਥੇ ਉਹ ਬੋਰਡ ਦੇ ਮੁਲਾਜ਼ਮ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਕੋਈ ਨਹੀਂ ਹੈ ਬੋਰਡ ਵੀ ਸਾਡਾ ਹੈ ਇੱਕ ਮਿੰਟ ਦੇਖੋ ਸੈਕਟਰੀ ਸਾਹਿਬ ਇੱਕ ਸੈਪਰੇਟ ਅਦਾਰਾ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੇ ਉੱਥੇ ਸਾਡਾ ਚੇਅਰਮੈਨ ਦੇਖਦਾ ਸਰ ਬੋਰਡ ਜਿਹੜਾ ਹੈ ਉਹਨੂੰ ਇੰਡੀਪੈਂਡੈਂਟ ਅਧਿਕਾਰ ਆਪਣੇ ਆ ਗਏ ਉੱਥੇ ਚੇਅਰਮੈਨ ਬੈਠਦਾ ਮੈਂਬਰ ਨੇ ਸਾਡੇ ਐਜੂਕੇਸ਼ਨ ਬੋਰਡ ਦੇ ਉਹ ਉੱਥੇ ਉਹਨਾਂ ਦਾ ਆਪਣਾ ਹਾਊਸ ਹੈ ਆਪ ਉੱਥੇ ਬੋਰਡ ਦੀ ਮੀਟਿੰਗ ਹੁੰਦੀ ਹੈ ਬੋਰਡ ਲੈਵਲ ਦੇ ਫੈਸਲੇ ਆਪ ਲਈ ਕਰਦੇ ਨੇ ਹੁਣ ਜੇ ਕੋਈ ਉੱਥੇ ਫੰਕਸ਼ਨ ਹੁੰਦਾ ਕੋਈ ਖੁਸ਼ੀ ਮਨਾਉਂਦਾ ਕੋਈ ਖੁਸ਼ੀ ਵਾਲਾ ਫੰਕਸ਼ਨ ਹੁੰਦਾ ਤਾਂ ਫਿਰ ਮਾੜਾ ਮੋਟਾ ਜੇ ਕੋਈ ਇਹੋ ਜਿਹਾ ਕੰਮ ਹੋ ਵੀ ਜਾਵੇ ਹੁਣ ਤੁਸੀਂ ਉਹ ਇੱਥੇ ਕੋਈ ਖੁਸ਼ੀ ਕਰਨੀ ਹੋਵੇ ਸਾਰੇ ਮੀਡੀਆ ਵਾਲੇ ਨੇ ਤਾਂ ਮੈਨੂੰ ਉਮੀਦ ਹੈ ਤੁਸੀਂ ਵੀ ਇਹੋ ਕੰਮ ਕਰੋਗੇ ਸੋ ਅਸੀਂ ਫਿਰ ਵੀ ਵੇਖ ਰਹੇ ਹਾਂ ਜਿਹੜਾ ਵਰਕਿੰਗ ਡੇ ਆ ਵਰਕਿੰਗ ਡੇ ਵਾਲੇ ਦਿਨ ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਵੇ ਜੋ ਮਰਜ਼ੀ ਉਹ ਕਰੇ ਹੁਣ ਹਰ ਬੰਦੇ ਨੂੰ ਵੇਖੋ ਹੁਣ ਕਿਸੇ ਨੂੰ ਸਾਡੀ ਡੈਮੋਕਰੇਸੀ ਕਿੱਡੀ ਸਟਰੋਂਗ ਹੈ ਕਿੱਡਾ ਲੋਕਤੰਤਰ ਸਾਰੇ ਵਰਲਡ 'ਚ ਸਾਡਾ ਸਾਰੇ ਤਕੜਾ ਜਿਹੜਾ ਲੋਕਤੰਤਰ ਜਿਹੜਾ ਸਾਡਾ ਮੁਲਕ ਹੈ ਹਿੰਦੁਸਤਾਨ ਡੈਮੋਕਰੇਸੀ ਹਰ ਇੱਕ ਨੂੰ ਅਧਿਕਾਰ ਹੈ ਹੁਣ ਸੜਕਾਂ 'ਤੇ ਭੰਗੜੇ ਪਾਈ ਜਾਂਦੇ ਨੇ ਨਵੇਂ ਸਾਲ ਵਾਲੇ ਦਿਨ ਕੋਈ ਰੋਕ ਲਏਗਾ ਉਹ ਤਾਂ ਕੋਈ ਬੈਠੇ ਕੋਈ ਰੋਕ ਲਏਗਾ ਪ੍ਰੋਗਰਾਮ ਚੱਲ ਰਿਹਾ ਕੋਈ ਮੀਟਿੰਗ ਸੀ ਨਹੀਂ ਮੈਂ ਬਤਾਤਾ ਹਾਂ ਲੈਟ ਮੀ ਐਕਸਪਲੇਨ ਇਹ ਬੋਰਡ ਦਾ ਪ੍ਰੋਗਰਾਮ ਥਾ ਟੋਟਲੀ ਔਰ ਐਨਸੀਆਰਟੀ ਨੇ ਜੋ ਮੈਨੂੰ ਬਤਾਇਆ ਗਿਆ वो एन सी आर टी ने कोई मतलब मोटिवेशनल ट्रेनिंग वो कराने के लिए बोर्ड में आए थे सभी स्टेटों में जा रहे हैं और वहाँ पे उनकी एक एक्टिविटी है ये कि अपना कोई लोकल कोई म्यूजिक या लोकल कोई भी आपके जो कोई भी ऐसी एक्टिविटी कल्चरल एक्टिविटी आप कर सकते हैं इट्स अ पार्ट ऑफ देयर मोटिवेशनल एक्सरसाइज या अपनी उसकी ट्रेनिंग उसका पार्ट है उसका कराया एजुकेशन डिपार्टमेंट को इसकी सूचना भी नहीं बट एनी वे ये जो कुछ जेड़े लोका ने जो अनस्क्रूपलस एलिमेंट्स ने द वे इट हैज बीन प्रेजेंटेड इन ए वेरी बैड मैनर उदे बारे भी मंत्री जी ने ऑर्डर किए हैं चेयरमैन पंजाब स्कूल एजुकेशन बोर्ड नू चिट्ठी लिखी गई है विभाग वालों यदि पूरी रिपोर्ट मंगी गई है उदे विच उन्होंने रिक्वेस्ट की गई है कि सैकटरी बोर्ड तो जो कि प्रशांत जी हैं बैठे इतने इन्होंने इन्होंने राही इंक्वायरी करानी है जो भी जिम्मेवार होगा जो कोई गलत हुआ है वो सिस्टम तो बाहर जाके जो किसी ने किया तो इंक्वायरी उदी एक्शन हो जाएगा मंत्री साहब 5178 टीचरों के मामले च की है अभी पक्का कर रहे हैं जी जल्दी कर रहे हैं फैसला कर रहे सरकार ने उन्होंने अभी अप्रैल 19 च सारे पक्का हुण कर दे रहे जिहड़ा उन्हां दा फुल सैलरी है जिहड़ी उन्हां नूं अभी अप्रैल च दे रहे हैं ਇਹ ਪੂਰੀ ਪੈਂਡਿੰਗ ਜਿਹੜੀ ਬਾਕੀ ਉਹ ਤੇ ਬਕਾਇਆ ਬਸ ਜਿੰਨੇ ਵੀ ਉਹਨਾਂ ਦੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਟੀਚਰ ਨਹੀਂ 2,00,000 crore ਰੁਪਏ ਦਾ ਕਰਜ਼ਾ ਛੱਡ ਕੇ ਗਏ ਫਿਰ ਵੀ ਅਸੀਂ ਕਰ ਰਹੇ ਹਾਂ ਟੀਚਰਾਂ ਦਾ ਜੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਣੀ ਹੈ ਚੰਗੀ ਕੁਆਲਿਟੀ ਐਜੂਕੇਸ਼ਨ ਦੇਣੀ ਹੈ ਫਿਰ ਸਾਨੂੰ ਇਸ ਡਿਪਾਰਟਮੈਂਟ ਦਾ ਸੋਚਣਾ ਪਊਗਾ ਅਸੀਂ ਸੋਚ ਰਹੇ ਹਾਂ ਅਸੀਂ ਸਾਰਾ ਕੁਝ ਕਰ ਰਹੇ ਹਾਂ ਇਹਨਾਂ ਨੂੰ ਆਲਰੇਡੀ ਅਸੀਂ ਫੈਸਲਾ ਕਰ ਲਿਆ ਉਹਨਾਂ ਨੂੰ ਪੱਕਿਆ ਜਿਹੜਾ ਉਹਨਾਂ ਨੂੰ ਅਸੀਂ ਅਪ੍ਰੈਲ 2019 ਉਹ ਪੱਕੇ ਸਰ ਉਹਨਾਂ ਨੂੰ 10 ਮਹੀਨੇ ਹੋ ਗਏ ਉਡੀਕਦਿਆਂ ਨੂੰ ਵੈਸੇ ਉਹਨਾਂ ਦੇ ਕੰਟਰੈਕਟ 'ਚ ਲਿਖਿਆ ਜੋ ਅਸੀਂ ਫੈਸਲਾ ਕਰ ਲਿਆ ਹੋ ਗਿਆ ਦੇਖੋ ਜਿਹੜਾ ਥੋੜ੍ਹਾ ਬਹੁਤਾ ਟਾਈਮ ਲੱਗਦਾ ਹਰ ਚੀਜ਼ ਨੂੰ ਟਾਈਮ ਲੱਗਦਾ ਸਾਰਾ ਕੁਝ ਵੇਖਣਾ ਪੈਂਦਾ ਉਹਦੇ ਨਾਲ ਸਾਨੂੰ 110 crore ਦਾ ਸਾਲ ਦਾ ਫਰਕ ਪੈਣਾ 2200 ਟੀਚਰ ਨੂੰ ਸੋ 110 crore ਰੁਪਈਆ ਜਿਹੜਾ ਉਹਨਾਂ ਨੂੰ ਅਸੀਂ ਉਹਨੂੰ ਜ਼ਿਆਦਾ ਦੇਣ ਜਾ ਰਹੇ ਹਾਂ ਅਸੀਂ
ਅਪ੍ਰੈਲ 'ਚ ਚੌਥੇ ਮਹੀਨੇ ਜਿਹੜਾ ਅਸੀਂ ਉਹ ਫੈਸਲਾ ਜਿਹੜਾ ਉਹ ਇਹਨਾਂ ਨੂੰ ਕਰ ਲਿਆ ਆ ਰਿਹਾ ਨਹੀਂ ਕਰ ਲਿਆ ਅਪ੍ਰੈਲ ਤੋਂ ਅਸੀਂ ਚਾਲੂ ਕਰ ਰਹੇ ਜੀ ਇਹਨਾਂ ਦਾ। ਮੰਤਰੀ ਸਾਹਿਬ ਕਾਫੀ ਦਿਨਾਂ ਤੋਂ ਜਿਹੜੇ ਟੀਚਰ ਧਰਨੇ 'ਤੇ ਬੈਠੇ ਹੋ ਉਹ ਉਡੀਕ ਕਰ ਰਹੇ ਕਿ ਕਦੋਂ ਮੰਤਰੀ ਸਾਹਿਬ ਉਹਨਾਂ ਕੋਲ ਆ ਕੇ ਗੱਲ ਕਰਨ, ਕਿ ਤੁਸੀਂ ਜਾਓਗੇ ਉਹਨਾਂ ਕੋਲ ਕੋਈ ਗੱਲ ਕਰਨ, ਕਿਉਂਕਿ ਬਾਰ ਬਾਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਉਹ ਕਹਿ ਰਹੇ ਕਿ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ, ਵਿੱਚ ਦਾ ਰਸਤਾ ਕੱਢ। ਮੇਰੀ ਗੱਲ ਸੁਣ, ਅੱਗੇ ਯੂਨੀਅਨ ਆਉਂਦੇ ਰਹੇ ਨਾ, ਮੇਲਾ ਪਹਿਲਾਂ ਬੈਠ ਜਾਣ, ਬੈਠ ਚੜ ਕੇ ਕਹਿਣ ਕਿ ਅਸੀਂ ਫੈਸਲਾ ਕਰਕੇ ਗਏ ਨਹੀਂ ਕਰਕੇ। 5,000 ਰੁਪਇਆ ਟੀਚਰਾਂ ਨੂੰ ਵੱਧ ਕਿਹਦੇ ਕਹਿਣ 'ਤੇ ਸਰਕਾਰ ਨੇ ਦਿੱਤਾ, ਇਹ ਮੇਰਾ ਗੱਲ ਕਰ ਰਿਹਾ। 3 ਮੀਟਿੰਗਾਂ 'ਚ 10,300 ਤੋਂ 15,000 ਕਿਹਨੇ ਕਰਾਇਆ? ਇੱਥੇ ਯੂਨੀਅਨ ਨੇ ਕਰਾਇਆ, ਇੱਥੇ ਟੇਬਲ 'ਤੇ ਕਰਵਾਇਆ। ਉਹੀ ਮੈਂ ਕੈਬਨਿਟ 'ਚ ਪੌਣਾ ਘੰਟਾ ਲਾ ਕੇ ਸਾਰਿਆਂ ਨੂੰ ਕਿਹਾ ਵੀ ਨਹੀਂ ਇਹ 10 ਸਾਲ ਤੋਂ ਲੱਗੇ, 5,000 ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਦਾ ਵਧਾਓ। ਸਾਰੀ ਕੈਬਨਿਟ ਮੇਰੇ ਨਾਲ ਸਹਿਮਤ ਹੋਈ, CM ਸਾਹਿਬ ਸਹਿਮਤ ਸਨ ਵੀ ਚਲੋ 10 ਸਾਲ ਦੇ ਇਹਨਾਂ ਨੂੰ 5,000 ਹੋਰ ਦੇ ਦਿਓ। ਜਿਹੜੇ ਇਹਨਾਂ 6,000 ਆਏ ਨੇ ਆਪਣੇ ਆਪ ਆਏ ਨੇ, ਉਹ ਤਾਂ ਫਿਰ 10,300 ਦੇ ਆ ਗਏ, ਅਸੀਂ ਤਾਂ ਫਿਰ 15,300 ਇਹਨਾਂ ਨਾਲ ਕੈਬਨਿਟ ਕੈਪਟਨ ਸਾਹਿਬ ਨੇ ਕਰਤਾ ਇਹਨਾਂ ਦਾ। ਸੋ ਗੱਲ ਆ ਮੇਰੇ ਨਾਲ ਆ ਕੇ ਗੱਲ ਕਰ ਲੈਣ, ਜੇ ਮੈਨੂੰ ਕਹਿ ਦੇਣ ਵੀ ਮੇਰੇ 'ਚ ਇੰਨਾ ਵੀ ਮੈਂ ਕੋਈ ਗਲਤ ਕਹਿੰਦਾ ਵਾਂ ਤਾਂ ਫਿਰ ਮੈਂ ਸਾਰਾ ਕੁਛ ਛੱਡ ਦਿੰਦਾ। ਪ੍ਰਧਾਨ ਇੱਥੇ ਬੈਠ ਕੇ ਇਸੇ ਟੇਬਲ ਤੇ ਬੈਠ ਕੇ ਇਸ ਤੋਂ 15-20 ਦਿਨ ਪਹਿਲਾਂ ਮੇਰੇ ਨਾਲ ਫੈਸਲਾ ਕਰਕੇ ਗਏ ਵੀ ਚਲੋ ਸਾਨੂੰ 5,000 ਨਾਲ ਦਵਾ ਦਿਓ ਤੇ ਅਸੀਂ ਬੜੇ ਖੁਸ਼ ਰਹਾਂਗੇ। ਕੋਈ ਇਹਦਾ ਸਰ ਇਹ ਹੱਲ ਨਹੀਂ ਹੋ ਸਕਦਾ ਵੀ ਜਿੰਨੇ ਕੇਂਦਰ ਸਰਕਾਰ ਦੇ ਰਹੀ ਹੈ ਪੈਸੇ ਉਹਨੇ ਪੰਜਾਬ ਸਰਕਾਰ ਆਪਣੇ ਕੋਲੋਂ ਪਾ ਦੇ, ਕਿਤੇ ਨਾ ਕਿਤੇ ਇਹਦਾ ਹੱਲ ਨਿਕਲ ਸਕਦਾ ਮਸਲਾ, ਕਿਉਂਕਿ 10 ਸਾਲ ਤਾਂ ਹੋ ਗਏ ਜੀ ਇਹਨਾਂ ਨੂੰ ਨਹੀਂ ਉਹਨਾਂ ਸਰਕਾਰ ਆਪਦਾ ਪੰਜਾਬ ਪਾ ਦੇਵੇ, ਨਹੀਂ ਜਿੰਨਾ ਕੇਂਦਰ ਦਿੰਦੀ ਉਹਨਾਂ ਪੰਜਾਬ ਪਾ ਦੇਵੇ। 9,000 ਜੇ ਸਰਕਾਰ ਦੇ ਰਹੀ ਹੈ, 9,000 ਜੋ ਦੇ ਰਹੀ ਹੈ ਤੇ ਜੇ ਅਸੀਂ ਤੁਸੀਂ ਆਂਦੇ ਉਹਨਾਂ ਪਾ ਦਿਓ ਤਾਂ 18 ਹੀ ਹੋਏਗਾ। ਚਲੋ ਇੱਕ ਮਿੰਟ ਅਸੀਂ 15,300 ਕਰਤਾ ਇਹਨਾਂ ਨੂੰ ਆਲਰੇਡੀ ਅਸੀਂ ਦੇਤਾ। ਜੇ ਹੁਣ ਭਾਰਤ ਸਰਕਾਰ ਨੇ ਹੋਰ ਸਾਲ ਨੂੰ ਹੱਥ ਚੁੱਕ ਲੈਣਾ, ਇਹ ਤੇ ਹੁਣ ਪਰਮਾਨੈਂਟ ਸਾਡੇ ਇੰਪਲਾਈ ਬਣ ਗਏ। ਇਹਨਾਂ ਨੂੰ ਹੁਣ ਕੀ ਚਾਹੀਦਾ? ਇਹਨਾਂ ਨੂੰ ਤਾਂ 2.5 ਸਾਲਾਂ ਬਾਅਦ ਫੁੱਲ ਸੈਲਰੀ ਮਿਲਣ ਲੱਗ ਪੈਣੀ ਆ। ਇਹਨਾਂ ਕੋਲ ਅੱਜ ਅਸੀਂ 18,000 ਦੇ ਦਿੰਦੇ, ਸਾਰੀ ਉਮਰ ਆਪਣਾ ਜਿੰਨਾ ਚਿਰ ਰਿਟਾਇਰ ਨਹੀਂ ਹੁੰਦੇ 18,000-20,000 ਤੇ ਕੰਮ ਕਰੀਏ ਅਸੀਂ ਫਿਰ ਦੇਣ ਨੂੰ ਤਿਆਰ। ਤੁਸੀਂ ਸਾਡੀ ਗੱਲ ਨਹੀਂ ਸਮਝਦੇ, ਅਸੀਂ ਕਹਿ ਰਹੇ ਹਾਂ ਵੀ ਇਹਨਾਂ ਨੂੰ ਅਸੀਂ ਫੁੱਲ ਸੈਲਰੀ ਤੇ ਰੱਖ ਲਿਆ, ਹੁਣ ਜੋ ਸਾਨੂੰ ਰੂਲਸ ਜਿਹੜੇ ਨੇ ਉਹ ਲਾਓ ਹੀ ਨਹੀਂ ਕਰਦੇ ਵੀ ਅਸੀਂ ਜਿਹੜਾ ਇਹਨਾਂ ਨੂੰ 9,000 ਦੇ ਦਈਏ 10,000 ਦੇ ਦਈਏ। ਜੇ ਪਰਮਾਨੈਂਟ ਹੋਇਆ ਉਹ ਸਿਸਟਮ ਹੈ ਉਹਦਾ। ਨਹੀਂ ਉਹ ਇੰਨਾ ਕੁ ਕਹਿ ਰਿਹਾ ਕਿ ਤੱਕਾ ਇਹ ਹੈ ਕਿ 10 ਸਾਲ ਕੰਮ ਕਰਦੇ ਨੇ ਹੋ ਗਏ, ਫਿਰ ਪ੍ਰੋਬੇਸ਼ਨ ਪੀਰੀਅਡ ਕਿਉਂ 3 ਸਾਲ ਫਿਰ ਹੋ ਗਏ? ਮੇਰੀ ਗੱਲ ਨਹੀਂ, ਜਿਹੜੇ 10 ਸਾਲ ਕੰਮ ਜਿਹੜਾ 6,000 ਸੈਲਰੀ 'ਚ ਪਹਿਲਾਂ ਹੋਇਆ ਉਹ ਵੀ 10 ਸਾਲ ਹੋ ਗਏ ਨਾ ਉਹਨਾਂ ਨੂੰ। ਤੁਸੀਂ ਕਿਸੇ ਬੰਦੇ ਦੇ ਯਾਰ ਸਮਝੋ ਗੱਲ ਸਾਰੀ ਨੂੰ ਵੀ ਸਾਨੂੰ ਜੇ ਇਹਦਾ ਪਰਮਾਨੈਂਟ ਹੋਣਾ ਹੈ ਫਿਰ ਇਹੋ ਹੀ ਕਾਨੂੰਨ ਜਿਹੜਾ ਹੈ ਉਹਨੂੰ ਫਾਲੋ ਕਰਨਾ ਪਊਗਾ ਇਹਨਾਂ ਨੂੰ, ਜੇ ਨਹੀਂ ਤੇ 18 ਤੋਂ ਲੈਣਾ ਨਾ ਫਿਰ 42 ਰਹੀ ਜਾ, ਫਿਰ 42 ਰਹੀ ਜਾ। ਦੱਸੋ ਤੁਸੀਂ ਕਿਹੜੇ ਬੰਨੇ ਨਹੀਂ ਆਉਂਦੇ? ਅਸੀਂ ਇਹਨਾਂ ਨੂੰ ਕੋਈ ਕੰਪੈਲ ਨਹੀਂ ਕਰਦੇ, ਇਹ ਲੋਕਾਂ ਨੂੰ ਇਹੋ ਗੁੰਮਰਾਹ ਕਰ ਰਹੇ ਨੇ ਜੀ। ਇਹਨਾਂ ਨੇ 1/4 ਜਿਹੜੀ ਆ ਜੀ 3 ਹਿੱਸੇ ਸੈਲਰੀ ਕੱਟ ਲਈ, ਅਸੀਂ ਤਾਂ 5 ਵੀ ਇਹਨਾਂ ਦਾ ਕੱਟਿਆ, 5 ਪੈਣੀ ਕਿਤੇ ਅਸੀਂ ਤਾਂ ਕੋਲੋਂ ਪਾ ਕੇ ਦੇਣ ਲੱਗੇ ਇਹਨਾਂ ਨੂੰ। ਫਿਰ ਪਰਮਾਨੈਂਟ ਇਹਨਾਂ ਨੂੰ ਸਰਕਾਰ ਦੇ ਇੰਪਲਾਈ ਬਣਾ ਰਹੇ ਐਜੂਕੇਸ਼ਨ ਡਿਪਾਰਟਮੈਂਟ ਦੇ, ਯਾਰ ਤੁਸੀਂ ਵੀ ਹੋ, ਤੁਸੀਂ ਤਾਂ ਗੱਲ ਸਮਝ ਲਈ ਸਾਰਿਆਂ ਨੇ। ਸਰ ਪੀਸੀ ਅਫਸਰ ਆਉਂਦਾ ਜੀ ਉਹਨੇ ਵੀ 15,600 ਮੈਂ ਕਿਹਾ ਜੀ ਇਹਨਾਂ ਨੂੰ ਜਦੋਂ ਬੇਸਿਕ ਜਿੰਨੇ ਵੀ ਆਉਣਾ ਬੇਸਿਕ ਦੇ ਆਉਣਾ, ਭਾਵੇਂ ਕੋਈ PCS ਆਉਂਦਾ ਪੰਜਾਬ 'ਚ ਜੇ ਸਭ ਤੋਂ ਵੱਡੀ ਕੋਈ ਪੋਸਟ ਹੈਗੀ ਆ ਸਟੇਟਾਂ ਦੀ PCS ਦੀ ਹੈ ਨਾ, PCS ਦੀ ਹੈ ਨਾ, ਜੇ ਉਹ 15,000 'ਤੇ ਆ ਕੇ 3 ਸਾਲ ਕੰਮ ਕਰ ਸਕਦੇ ਤੇ ਇੱਕ ਵਾਰੀ 3 ਸਾਲ ਤੱਕ ਕਰ ਸਕਦੇ 2.5 ਸਾਲ। ਜੇ ਇਹਨਾਂ ਸਰਕਾਰ ਦਾ ਇੰਪਲਾਈ ਬਣਨਾ ਐਜੂਕੇਸ਼ਨ ਡਿਪਾਰਟਮੈਂਟ ਦਾ ਫਿਰ ਇਹ ਕਿਉਂ ਨਹੀਂ ਕਰ ਸਕਦੇ? ਇਹਨਾਂ ਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਸਰਕਾਰ ਦਾ ਕਿ ਐਡੀ ਵੱਡੀ ਫੌਜ ਜਿਹੜੀ ਆ 9,000 ਟੀਚਰ ਅਸੀਂ ਆਪ ਸਰਕਾਰ ਨੇ ਲੈ ਲਿਆ ਵੀ ਇਹ ਵਿਚਾਰੇ ਬੇਰੁਜ਼ਗਾਰ ਨਾ। ਦੂਜਾ ਜਿਹੜੀ ਇਹ ਗੱਲ ਕਰ ਰਹੇ ਨੇ, ਮੈਂ ਸਮਝਦਾ ਇਸ ਤੋਂ ਵੱਡਾ ਫੈਸਲਾ ਕੋਈ ਹੋ ਨਹੀਂ ਸੀ ਸਕਦਾ। ਫਿਰ ਇਹਨਾਂ ਦੀ ਸਲਾਹ ਨਾ ਕੀਤਾ, ਫਿਰ ਇਹਨਾਂ ਨੂੰ ਜੋ ਇਹਨਾਂ ਕਿਹਾ ਯੂਨੀਅਨ ਨੇ ਇਹਨਾਂ ਨੂੰ ਪੁੱਛ ਕੇ ਦਿੱਤਾ, ਫਿਰ ਜਾ ਕੇ ਹੁਣ ਧਰਨਿਆਂ 'ਤੇ ਬਹਿਣ ਜਾਂ ਇਹਨਾਂ ਨੂੰ ਗੁਮਰਾਹ ਕਰਨ, ਇਹਨਾਂ ਦੇ ਘਰਾਂ 'ਚ ਜਾਣ ਵੀ ਨਾ ਜਹਿਣ ਨਾ ਕਰਿਓ ਜੀ, ਤੁਸੀਂ ਜਾਇਓ ਨਾ ਜੀ, ਤੁਹਾਨੂੰ ਫੁੱਲ ਛੱਡ ਦਿੰਦੇ। ਸੋਨੀ ਸਾਹਿਬ
ਭਾਰ ਜਿਹੜਾ ਖਜ਼ਾਨੇ ਤੇ ਪੈ ਰਿਹਾ ਸਰਕਾਰੀ ਤੇ 400 ਕਰੋੜ ਰੁਪਈਆ ਸਾਲ ਦਾ ਹਾਂਜੀ 400 ਕਰੋੜ ਦੇਣਾ ਪਏਗਾ ਤੁਹਾਡੇ ਤੁਹਾਡੇ ਮੁਤਾਬਕ ਫਿਰ ਜਿਹੜਾ ਸਰ ਤੁਸੀਂ ਹੁਣ 8886 ਵਿੱਚ ਖਿੱਚੋ ਤੁਹਾਨੂੰ ਇੰਨੀ ਹੈ ਹਰ ਘਰ ਨੌਕਰੀ ਦਾ ਵਾਅਦਾ ਕਿਵੇਂ ਪੂਰਾ ਕਰੋਗੇ ਤੁਸੀਂ ਹੁਣ ਅੱਜ ਜਿਹੜਾ ਨਾ ਇਸੇ ਮਸਲੇ ਦੀ ਆਪਾਂ ਰਹੀਏ ਹੁਣ ਗੱਲਾਂ ਤੇ ਫਿਰ ਪ੍ਰੈਸ ਕਾਨਫਰੰਸ ਸਾਰੀ ਰਾਤ